ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਸਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਅੱਲਾ ਦੇ ਖਾਸ ਫਜ਼ਲੋ ਕਰਮ ਨਾਲ ਵੀਰਾਂ ਵਾਸਤੇ ਅੱਜ ਇੱਕ ਬਿਹਤਰੀਨ ਡੱਚ ਫਰੀਡਨ ਕ੍ਰਾਸ ਦੇ ਵਿੱਚ ਜਨਾਬ ਇੱਕ ਬਿਹਤਰੀਨ ਕੰਬੀਨੇਸ਼ਨ ਲੈ ਕੇ ਅੰਦਰੋਂ ਹੈ। ਇਹ ਜਨਾਬ ਗਾਂ ਸੂਆ ਤੀਸਰਾ ਸੋਨ ਵਾਲੀ ਹੈ, ਚਾਰ ਤੋਂ ਪੰਜ ਦਿਨ ਜਾਂ ਛੇ ਦਿਨ ਲੈਂਦੀ ਹੈ ਸੋਨ ਚੋਂ। ਕੈਮਰੇ ਦੀ ਨਿਗਾਹ ਦੇ ਵਿੱਚ ਵੀਰਾਂ ਨੂੰ ਤਸੱਲੀ ਕਰਾਵਾਂਗੇ, ਗਾਂ ਦੀ ਨਸਲ ਦਾ ਤਾਂ ਤੁਸੀਂ ਆਪ ਕਰਨਾ, ਮੈਂ ਗਾਵਾਂ ਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਨਹੀਂ ਰੱਖਦਾ। ਤੁਹਾਨੂੰ ਪਤਾ ਇਸ ਗੱਲ ਦਾ, ਗਾਂ ਨੂੰ ਕੱਦ ਕਬਾੜਾ ਨਸਲ ਦਾ ਦੇ ਤੁਸੀਂ ਆਹ ਵੇਖਣੀ ਹੈ, ਥਾਣੇ ਵਾਲਾ ਤੁਸੀਂ ਆਹ ਵੇਖਣਾ। ਗਾਂ ਸੁਬਾਹ ਤੀਸਰਾ ਹੈ, ਗਾਂ ਨੂੰ ਸੁਬਾਹ ਤੀਸਰਾ ਹੈ, ਥਣ ਬੜਾ ਰੁਕ ਰੁਕ ਦਾ, ਪੰਡਾਂ ਦੇ ਵਾਨੇ ਨੇ ਗਾਂ ਨੂੰ। ਗਾਂ ਨੂੰ ਕੱਦ ਕਬਾੜਾ ਬੜਾ ਹੈ, ਨਸਲ ਦਾਤ ਬੜੀ ਹੈ, ਖਾਨਦਾਨ ਬੜਾ ਹੈ। ਇਸ ਗਾਂ ਨੂੰ ਰੰਗ ਜਿਹੜਾ ਹੈ ਉਹ ਰੱਤਾ ਸਾਵਾ ਹੈ ਜੀ, ਪਿੱਛੇ ਡੱਬ ਵੀ ਹੈਗੇ ਨੇ, ਔਰ ਮਾਸ਼ਾਅੱਲਾ ਚੰਗੀ ਵੱਡੀ ਗਾਂ ਹੈ। ਦੁੱਧ ਗਾਂ 25-26 ਲੀਟਰ ਨਹੀਂ ਛੱਡਦੀ, ਅੱਲਾਹ ਤਾਲਾ ਦੀ ਜ਼ਿੰਦਗੀ ਕਰੇ, ਆਰਾਮ ਨਾਲ 25-26 ਲੀਟਰ ਦਿੱਤੀ ਰੱਖੇਗੀ, ਆਰਾਮ ਨਾਲ, ਕੋਈ ਤਾਂ ਮਿਹਨਤ ਕਰਨ ਦੀ ਲੋੜ ਨਹੀਂ, 25-26 ਲੀਟਰ ਗਾਂ ਐਵੇਂ ਕੀਤੀ ਰੱਖੇਗੀ। ਗਾਂ ਅਜੇ ਤੱਕ ਸੂਣ 'ਚੋਂ 5 ਜਾਂ 7 ਦਿਨ ਨਜ਼ਰ ਕੱਢਦੀ ਹੈ, ਬਾਕੀ ਪੂਰੀ ਪੱਧਰ ਹੈ, ਬਰੀਕ ਪੂਰੀ ਹੈ, ਨਸਲਦਾਰ ਵੀਰਾਂ ਦੇ ਸਾਹਮਣੇ ਹੈ। ਜੋ ਕੁਛ ਦੱਸਾਂਗੇ ਉਹ ਹੀ ਹੋਵੇਗਾ, ਨਵੀਂ ਚੀਜ਼ ਨਹੀਂ ਹੋਏਗੀ। ਕੁਛ ਵੀਰੇ ਸਵਾਲ ਕਰਦੇ ਨੇ ਕਿ ਯਾਰ ਬਾਕੀ ਚੈਨਲ 'ਤੇ ਜਾਂਦੇ ਹਾਂ, ਜਿਹੜੀ ਚੀਜ਼ ਦੱਸਦੇ ਨੇ ਹੋਊਗੀ ਨਹੀਂ, ਜਿਹੜੀ ਚੀਜ਼ ਦੱਸਾਂਗੇ ਉਹ ਹੀ ਹੋਵੇਗੀ। ਸੁਬਾਹ ਗਾਂ ਨੂੰ ਤੀਸਰਾ ਹੈ, ਗਾਂ ਗੱਭਣ ਹੈ, ਥਣਾਂ ਦੀ ਗਰੰਟੀ ਹੈ, ਚੋਈ ਪਿੱਕੀ ਹੋਈ ਹੈ, ਘਰ ਦੀ ਗਾਂ ਹੈ, ਕੋਈ ਵਪਾਰ ਲਾਈਨ ਦੀ ਨਹੀਂ ਹੈ। ਜਿਹੜਾ ਵੀਰ ਸਮਝੇ ਗਾਂ ਵਪਾਰ ਦੀ ਹੈ ਜਾਂ ਕਿਸੇ ਹੋਰ ਮਾਮਲੇ ਦੀ ਹੈ, ਉਸ ਬੰਦੇ ਦੇ ਨਾਲ ਸਾਡੀ ਗੱਲ ਹੋ ਜਾਏਗੀ। ਗਾਂ ਜਨਾਬ ਕੋਈ ਗਰਮੀ ਦਾ ਇਹਨੂੰ ਪਤਾ ਨਹੀਂ, ਕੋਈ ਸਰਦੀ ਦਾ ਨਹੀਂ, ਸਾਡੇ ਟੈਂਪਰੇਚਰ ਤਕਰੀਬਨ ਜੀ 47-48 ਚੱਲ ਰਿਹਾ ਅੱਜ। ਅੱਜ ਕੱਲ੍ਹ ਗਾਂ ਨੂੰ ਸਾਡੇ ਇਲਾਕੇ ਦੇ ਵਿੱਚ 47-48 ਟੈਂਪਰੇਚਰ ਚੱਲ ਰਹੇ ਹੈ, ਔਰ ਗਾਂ ਵੀਰਾਂ ਦੇ ਸਾਹਮਣੇ ਕੋਈ ਗਾਂ ਨੁਕਸਾਨ ਨਹੀਂ ਚੜਿਆ, ਕੋਈ ਗਾਂ ਫੁਰਕਾਲੇ ਨਹੀਂ ਮਾਰਦੀ ਪਈ, ਕੋਈ ਇਹਨੂੰ ਗਰਮੀ ਦਾ ਚੱਕਰ ਨਹੀਂ, ਕੋਈ ਨੂੰ ਸਰਦੀ ਦਾ ਚੱਕਰ ਨਹੀਂ। ਅੱਲਾਹ ਦੇ ਫਜ਼ਲੋ ਕਰਮ ਨਾਲ ਕੋਈ ਨਵਾਈ ਦਵਾਈ ਨਹੀਂ ਤੁਹਾਡੇ ਸਾਹਮਣੇ ਹੈ, ਔਰ ਮਾਸ਼ਾਅੱਲਾ ਗਾਂ ਦੀ ਕਿਆ ਬਾਤਾਂ ਨੇ, ਅਸੀਲਤਾਂ ਗਾਂ ਦੀਆਂ ਤੁਸੀਂ ਵੇਖਣੀਆਂ ਨੇ, ਮਾਸ਼ਾਅੱਲਾ ਪੰਡਾਂ ਏਕਰਮਾਂ ਵਾਲੀ ਲਾਈ ਫਿਰਦੀ ਹੈ, ਗੱਲੀ ਬਾਤੀ ਨਹੀਂ। ਅੱਲਾਹ ਦੇ ਫਜ਼ਲੋ ਕਰਮ ਨਾਲ ਅੱਲਾਹ ਪਾਕ ਦੀ ਆਜ਼ਾਦੀ ਕਰੇ, ਇਨਸ਼ਾਅੱਲਾ ਇਹ ਜੀਆਂ ਗਾਈਂ ਆਮ ਨਹੀਂ ਲੱਭਦੀਆਂ, ਲੈਣੇ ਦੇਣੇ ਮੁਕੱਦਰ ਨੇ। ਗਾਂ ਪੰਡਾਂ ਲਾਈ ਫਿਰਦੀ ਕਰਮਾਂ ਵਾਲੀ, ਔਰ ਅੱਲਾਹ ਦੇ ਫਜ਼ਲੋ ਕਰਮ ਨਾਲ ਬੜਾ ਸੁੱਚਾ ਔਰ ਬਿਹਤਰੀਨ ਜਾਨਵਰ ਹੈ, ਰੇਟ ਇੰਤਹਾਈ ਮਕੂਲ ਔਰ ਕਮਾਲ ਦਾ ਕਰਨਾ ਹੈ, ਜਿਹਦੇ ਵਿੱਚ ਕੋਈ ਦੋ ਰਾਏ ਨਹੀਂ, ਇਨਸ਼ਾਅੱਲਾ ਸਸਤਾ ਅਤੇ ਸੁੱਚਾ ਜਾਨਵਰ। ਸੁਬਾਹ ਤੀਜਾ, ਔਰ ਗਾਂ ਸੋਣ 'ਚ 5-7 ਦਿਨ ਕੱਢਦੀ ਹੈ, ਇਨਸ਼ਾਅੱਲਾ ਰੇਟ ਜਿਹੜੇ ਲੋਕ ਕਰਦੇ ਨੇ ਉਹ ਜਿਹਾ ਨਹੀਂ ਹੋਣਾ, ਰੇਟ ਬੜਾ ਸੁੱਚਾ ਅਤੇ ਸੁੱਚਾ ਜਾਨਵਰ, ਇਨਸ਼ਾਅੱਲਾ ਐਨ ਤਬੀਅਤ ਖੁਸ਼ ਹੋ ਜਾਏਗੀ। ਜਿਹੜਾ ਵੀਰ ਭਰਾ ਇਸ ਗਾਂ ਨੂੰ ਲਵੇਗਾ ਇਨਸ਼ਾਅੱਲਾ ਤਬੀਅਤ ਫਰੈਸ਼ ਹੋ ਜਾਏਗੀ, ਇਨਸ਼ਾਅੱਲਾ ਵੀਰਾਂ ਵਾਸਤੇ ਤੋਹਫਾ ਲੈ ਕੇ ਹਾਜ਼ਰ ਹੋਇਆ, ਮਜ਼ੀਦ ਇਨਸ਼ਾਅੱਲਾ ਦੋਰੋ ਹਾਂਜੀ ਗਾਂ ਤਸੱਲੀ ਅਸੀਂ ਕਰਵਾਉਣੇ ਹਾਂ ਜੀ, ਤੋਰ ਫੇਰ ਕੇ ਇਨਸ਼ਾਅੱਲਾ। ਜਿਹੜੇ ਵੀਰ ਕਹਿੰਦੇ ਨੇ ਕਿ ਯਾਰ ਗਾਂ ਬੁੱਢੀ ਹੋਵੇਗੀ, ਇਹ ਹੋਵੇਗਾ ਤਾਂ ਤੁਰਿਆ ਨਹੀਂ ਜਾਂਦਾ, ਬਹਿ ਜਾਏਗੀ, ਜਾਂ ਕੋਈ ਮਾਮਲਾ, ਗਾਂ ਜਨਾਬ ਨਹੀਂ ਕੁਹਾੜੇ, ਕੁਹਾੜਿਆਂ ਵਰਗੇ ਗਾਂ ਨੂੰ ਕੰਧ ਰਹੇ, ਔਰ ਮਾਸ਼ਾਅੱਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਵੀਰ ਵੇਖ ਭਰਾ ਜਾਂਦੇ ਅਤੇ ਕਿੱਡੀ ਤਕੜੀ ਗਾਂ ਅੱਲਾਹ ਦੇ ਫਜ਼ਲੋ ਕਰਮ। ਹਰ ਪਾਸਾ ਪੂਰਾ, ਔਰ ਗਾਂ ਨੂੰ ਕੋਈ ਵਾਧਾ ਘਾਟਾ ਨਹੀਂ ਕਿਸੇ ਕਿਸਮ ਦਾ, ਫਿਜ਼ੀਕਲੀ ਗਾਂ ਮਾਸ਼ਾਅੱਲਾ ਬੜੀ ਤਕੜੀ, ਔਰ ਅੱਲਾਹ ਦੇ ਫਜ਼ਲੋ ਕਰਮ ਨਾਲ ਪੂਰੀ ਬਲੈਤੀ ਹੈ, ਦੁੱਧ ਇਨਸ਼ਾਅੱਲਾ 25-26 ਲੀਟਰ ਦਾ ਇਹਦਾ ਰਿਕਾਰਡ ਹੈ, ਔਰ ਇਹਨੇ ਆਪਣਾ ਰਿਕਾਰਡ ਜਿਹੜਾ ਉਹ ਪੂਰਾ ਕਰਨਾ ਹੈ। ਅਲਹਮਦੁਲਿਲਾ ਕੈਮਰੇ ਦੀ ਨਿਗਾਹ ਦੇ ਵਿੱਚ ਪੂਰੀਆਂ ਤਸੱਲੀਆਂ ਨੇ, ਗਾਂ ਮਾਸ਼ਾਅੱਲਾ ਹਰ ਪਾਸੋਂ ਜਵਾਨ ਔਰ ਸੁਥਰੀ। ਸੁਬਾਹ ਤੀਜਾ ਗਾਂ ਨੂੰ, ਲੋਕਾਂ ਤਰ੍ਹਾਂ ਇਹ ਨਹੀਂ ਕਹਿਣਾ ਕਿ ਜਨਾਬ ਦੂਜਣੀ ਹੈ ਤਾਂ ਪੱਠੜੀ ਪਾਏ ਸੀ ਤਾਂ ਲੱਸੀ ਪੈ ਗਈ, ਔਰ ਬੇੜੇ ਜਿਹੜੀ ਗਾਂ ਹੈ, ਬੇੜੇ ਜਿਹੜੀ
ਮਾਸ਼ਾਅੱਲਾ। ਬਾਕੀ ਤੁਹਾਡੇ ਸਾਹਮਣੇ ਹੈ ਥਣਾਂ ਦੀ ਗਰੰਟੀ ਹੈ, ਜਿਹੜਾ ਵੀਰ ਭਰਾ ਲਵੇ ਉਹ ਥਣੇ ਥੱਲੇ ਕਰਕੇ ਲੈ ਜਾਏ। ਮਜ਼ੀਦ ਗੱਲਾਂ ਸਾਰੀਆਂ ਭਾਈ ਨਾਲ ਕਰਨੇ ਆਓ। ਹਾਂਜੀ ਸਲਾਮ ਅਲੈਕਮ ਜੀ ਭਾਈ ਨਵੀਦ ਚੀਮਾ ਸਾਹਿਬ, ਕੀ ਹਾਲ ਹੈ? ਨਾਮ ਨਵੀਦ ਚੀਮਾ ਹੀ ਹੈ ਨਾ ਜੀ? ਜੀ। ਸਿਹਤ ਤਬੀਅਤ ਦਾ ਕੀ ਹਾਲ ਹੈ? ਦੁਆਵਾਂ ਜੀ। ਖੈਰੀਅਤ ਦੇ ਠੀਕ ਹੋ ਚੀਮਾ ਸਾਹਿਬ? ਗਾਂ ਹਾਈ ਏ ਕਿੰਨਾ ਸੁਆ ਜਨਮ ਤੀਜਾ ਭਾ ਜੀ ਤੀਜਾ ਜੀ। ਤਸੱਲੀਆਂ ਨੇ ਅੱਲਾ ਦੇ ਪੱਕੀਆਂ, ਥਣਾਂ ਦੀ ਸਾਫ਼, ਕੋਈ ਵਾਧਾ ਘਾਟਾ ਜ਼ਿੰਮੇਦਾਰ ਹੋ ਵੇਖ ਲਓ, ਪੱਕੀ ਗੱਲ ਹੈ ਨਾ? ਵਾਧਾ ਘਾਟਾ ਦੇ ਜ਼ਿੰਮੇਦਾਰ ਤੁਹਾਡੀ ਹੈ, ਠੀਕ ਹੈ? ਨਵੀਂ ਚੀਮਾ ਸਾਹਿਬ ਗੱਲ ਸੁਣ ਲੈ ਪੈ ਜੇ ਕਿ ਅਗਰ ਥਣਾਂ 'ਚ ਵਾਧਾ ਘਾਟਾ ਜ਼ਿੰਮੇਦਾਰ ਤੁਸੀਂ ਜੇ, ਕਿਉਂਕਿ ਪੈਸੇ ਤੁਸੀਂ ਗਿਣਨੇ ਥੁੱਕ ਲਾ ਕੇ ਅਤੇ ਜ਼ਿੰਮੇਦਾਰ ਵੀ ਤੁਸੀਂ ਜੇ ਅਗਰ ਵਾਧਾ ਘਾਟਾ ਤੁਹਾਡੇ ਘਾਟੇ ਜੇ। ਅੱਛਾ ਮੁਹੱਬਤ ਪਿਆਰ ਵਾਲਾ ਕੀ ਮੁੱਲ ਹੈ ਭਾਈ? ਭਾਅ ਜੀ ਇਹਦਾ ਮੁੱਲ 5.5 ਵੀ ਕਰਦੇ, ਮਰ ਗਿਆ ਥਾਂ 'ਤੇ ਐਂ ਨਾ 4,80,000 ਦੀ ਗੱਲ ਪੱਕੀ ਕਰ ਨਾ, ਐਵੇਂ ਨਾ ਨਾ ਬਣਾ ਸਕਦਾ ਜ਼ਿਆਦਾ ਨਹੀਂ। ਗਾਂ ਥੋੜੀ ਉਮਰ ਤੀਸਰੇ ਸੂਬੇ ਦੂਜੇ ਹੁੰਦੀ ਤੇ 5,80,000 ਗਾਂ ਆਪਣੀ ਦੁੱਧ 27-28 ਸੇਰ ਵੀਰੇ 25 ਸੇਰ ਤੇ ਗਾਂ ਦੁੱਧ ਕਰੇਗੀ। ਪੱਕੀ ਗੱਲ ਕਰ ਪੱਕੀ ਕਰ ਇੱਕੋ ਗਾਂ ਨਹੀਂ ਨਾ ਸੁਣਦੇ ਨਾ, ਗਰਮੀ ਬੜੀ ਹੈ, ਬੰਦੇ ਮਾਰੇ ਪਏ ਨੇ ਗਰਮੀ ਨਾਲ। 4,60,000 ਰੁਪਇਆ ਜੀ, ਹਾਂ ਨਾ ਚ ਜਿੰਦਾ ਦਿਲ ਕਰੇ ਰਾਬਤਾ ਕਰੇ, ਜਿਹਦਾ ਦਿਲ ਕਰੇ ਨਾ ਕਰੇ ਕੋਈ ਐਡਾ ਰੌਲਾ ਨਹੀਂ। ਨਾ ਸਾਡੇ ਕੋਈ ਚੱਪ ਮਾਰੇ ਜਾਂਦੇ ਤੇ ਨਾ ਸਾਡੇ ਸਾਰੀ ਉਮਰ ਕਦੇ ਮਾਰੇ। ਜਿੰਦਾ ਦਿਲ ਕਰੇ ਉਹ ਡੰਗਰ ਲੈ ਲਵੇ, ਜਿਹਦਾ ਦਿਲ ਕਰੇ 4,60,000 ਰੁਪਏ ਜੀ। ਮਾਰਕੀਟ ਚੈੱਕ ਕਰ ਲਓ ਇਹ ਜੀਆਂ ਗਾਈ, ਇਹ ਜੀ ਨਸਲ ਵਾਲੀਆਂ। ਅਗਰ ਕੋਈ ਵੀਰ ਭਰਾ 4,60,000 ਦੇ ਬਾਅਦ ਉਹਨੂੰ ਮੁੱਲ ਕਰੇ ਤੇ ਮੈਨੂੰ ਦੱਸੋ ਕਿ ਯਾਰ ਫਲਾਣੇ ਬੰਦੇ ਸਾਨੂੰ 4,60,000 ਦੇ ਬਾਅਦ ਮੁੱਲ ਕੀਤਾ। ਇਨਸ਼ਾਅੱਲਾ ਜਿਹੜਾ ਕਰੇਗਾ ਉਹ ਇਹੀ ਹੋਵੇਗਾ ਕਿ ਪੁਰਾਣੀਆਂ ਨੂੰ ਬੱਚੇ ਲੱਗੇ ਹੋਣਗੇ, ਤਬੀਅਤ ਨਸਾਜ਼ ਹੋਏਗੀ। ਇੱਕ ਵਾਰੀ ਜਨਾਬ 500 ਫੋਨ ਆਉਂਦਾ ਡੇਲੀ ਦਾ ਸਾਨੂੰ ਕਿ ਯਾਰ ਗਾਂ ਲਈ ਹੋਰ ਸੀ ਦਿਸਦੀ ਹੋਰ ਹੈ, ਇਹ ਜਿਹਾ ਕੰਮ ਨਹੀਂ। ਬੰਦੇ ਪਰਖਿਆ ਕਰੋ, ਸੋਨੇ ਨੂੰ ਖੜਕਾ ਕੇ ਲਿਆ ਕਰੋ, ਵਜਾ ਕੇ ਲਿਆ ਕਰੋ, ਐਂ ਨਾ ਨੱਕੋ ਨੱਕ ਤੋਲ ਕੇ ਜਾਨਵਰ ਲਿਆ ਕਰੋ, ਕੋਈ ਇਤਰਾਜ਼ ਨਹੀਂ। ਸਾਡੇ ਜਾਨਵਰ ਜੇ ਦੱਸਿਆ ਉਹਦੀ ਫਰਕ ਹੋਵੇ, ਚੀਜ਼ ਦੱਸੀਏ ਹੋਰ ਵਿਖਾਈਏ ਹੋਰ ਫਰਕ ਹੋਵੇ, ਦਿਨੇਦਾਰ ਬੈਠੇ ਆਉਣ ਜਾਣ ਦਾ ਕਿਰਾਇਆ ਦੇ ਅਸੀਂ ਮਿਆਰ ਕਰਨੇ ਔਰ ਮਿਆਰ ਤੋਂ ਕਦੇ ਕੰਪਰੋਮਾਈਜ਼ ਇੱਕ ਮੇਰੇ ਥੱਲੇ ਨਹੀਂ ਕੀਤਾ। ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਅਤੇ ਕਮੈਂਟ, ਔਰ ਆਪਣੀ ਰਾਏ ਨਾਲ ਸਾਨੂੰ ਕਰਨਾ ਜ਼ਰੂਰ ਹੈਗਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।